ਪੰਜਾਬ ਅਪਡੇਟ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਅਤੇ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ। ਦੋਸਤੋ, ਜੇ ਆਪਾਂ ਸਮਾਜ ਦੀ ਗੱਲ ਕਰੀਏ ਤਾਂ ਸਮਾਜ ਵਿੱਚ ਰਹਿਣ ਵਾਲਾ ਹਰ ਸ਼ਖਸ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਜ਼ਰੂਰ ਹੈ। ਚਲਦੀ ਫਿਲਦੀ ਜਿਹੜੀ ਸਿਹਤ ਹੈ ਬਹੁਤ ਅੱਛੀ ਲੱਗਦੀ ਹੈ, ਲੇਕਿਨ ਉਸ ਸਿਹਤ ਦੇ ਵਿੱਚ, ਉਸ ਸਰੀਰ ਦੇ ਵਿੱਚ ਕਿੰਨੀਆਂ ਬਿਮਾਰੀਆਂ ਹਰ ਰੋਜ਼ ਜਨਮ ਲੈਂਦੀਆਂ ਨੇ, ਇਸ ਬਾਰੇ ਸ਼ਾਇਦ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ, ਜਾਂ ਉਹ ਲੋਕ ਜਾਣਦੇ ਨੇ, ਉਹ ਪੜ੍ਹੇ ਲਿਖੇ ਲੋਕ ਜਾਣਦੇ ਨੇ ਜੋ ਇਹਨਾਂ ਬਿਮਾਰੀਆਂ ਦਾ ਇਲਾਜ ਕਰਦੇ ਨੇ। ਅੱਜ ਸਮਾਜ ਦੇ ਵਿੱਚ ਕੁਛ ਇੱਕ ਸੀਜ਼ਨਲ ਬਿਮਾਰੀਆਂ ਨੇ, ਔਰ ਜਿਵੇਂ ਮੇਰੇ ਬਹੁਤ ਹੀ ਸੀਨੀਅਰ ਡਾਕਟਰ ਡਾਕਟਰ ਵਿਕਾਸ ਗੋਇਲ ਜੀ ਦੇ ਨਾਲ ਗੱਲਬਾਤ ਹੋ ਰਹੀ ਸੀ, ਉਹਨਾਂ ਨੇ ਦੱਸਿਆ ਕਿ ਇਹ ਸੀਜ਼ਨਲ ਨਹੀਂ ਕਹਿ ਸਕਦੇ, ਲੇਕਿਨ ਕੁਛ ਇੱਕ ਬਿਮਾਰੀਆਂ ਨੇ ਜੋ ਮੱਛਰ ਦੇ ਨਾਲ, ਬਰਸਾਤ ਦੇ ਨਾਲ ਵੀ ਪੈਦਾ ਹੁੰਦੀਆਂ ਨੇ। ਲੇਕਿਨ ਡੇਂਗੂ ਸ਼ਬਦ ਇੱਕ ਇਹੋ ਜਿਹਾ ਨਾ ਮੁਰਾਦ ਸ਼ਬਦ ਅੱਜ ਸੋਸਾਇਟੀ ਵਿੱਚ ਆ ਚੁੱਕਾ ਹੈ, ਜਿਸ ਨੇ ਘਰ ਦੇ ਹਰ ਮੈਂਬਰ ਨੂੰ ਮਤਲਬ ਆਪਣਾ ਸ਼ਿਕਾਰ ਬਣਾਉਣ ਦਾ ਜ਼ਰੀਆ ਬਣਾਇਆ ਹੋਇਆ ਹੈ। ਸੋ ਅੱਜ ਮੇਰੇ ਨਾਲ ਡਾਕਟਰ ਭਵਨੀਤ ਕੌਰ ਜੀ, ਔਰ ਬਹੁਤ ਹੀ ਸੀਨੀਅਰ, ਔਰ ਜੇ ਮੈਂ ਕਹਾਂ ਇੱਕ ਬਹੁਤ ਹੀ ਰਿਸਪੈਕਟਡ ਡਾਕਟਰ, ਜਿਹਦੀ ਹਰ ਡਾਕਟਰ ਹਰ ਪੇਸ਼ੈਂਟ ਤਾਰੀਫ ਕਰਦੇ ਨੇ, ਡਾਕਟਰ ਵਿਕਾਸ ਗੋਇਲ ਜੀ ਜੁੜੇ ਨੇ। ਉਹਨਾਂ ਤੋਂ ਪੁੱਛਦੇ ਹਾਂ ਅਸੀਂ ਕਿ ਆਖਿਰ ਇਹਨਾਂ ਬਿਮਾਰੀਆਂ ਦੇ ਲੱਛਣ ਕੀ ਹੈ, ਇਹਨਾਂ ਬਿਮਾਰੀਆਂ ਤੋਂ ਕਿਵੇਂ ਬਚਿਆ ਜਾ ਸਕਦਾ, ਔਰ ਕੀ ਇਹ ਬਿਮਾਰੀਆਂ ਸਿਰਫ ਤੋਂ ਸਿਰਫ ਡਾਕਟਰੀ ਇਲਾਜ ਤੱਕ ਸੀਮਤ ਹੈ ਜਾਂ ਘਰੇਲੂ ਨੁਸਖਿਆਂ ਤੱਕ ਸੀਮਤ ਹੈ। ਸਭ ਤੋਂ ਪਹਿਲਾਂ ਡਾਕਟਰ ਭਵਨੀਤ ਮੈਡਮ ਦੇ ਨਾਲ ਸੰਪਰਕ ਕਰਦੇ ਹਾਂ। ਭਵਨੀਤ ਜੀ, ਸਭ ਤੋਂ ਪਹਿਲਾਂ ਸਵਾਗਤ ਹੈ। ਥੈਂਕ ਯੂ ਜੀ। ਕੁਛ ਇੱਕ ਬਿਮਾਰੀਆਂ ਨੇ ਜਿਵੇਂ ਡੇਂਗੂ ਦੀ ਬਿਮਾਰੀ ਹੈ, ਬੜੀ ਮਤਲਬ ਭਿਆਨਕ ਬਿਮਾਰੀ ਹੈ, ਇਸ ਦੇ ਕੀ ਲੱਛਣ ਨੇ ਔਰ ਕਿਸ ਤਰ੍ਹਾਂ ਇਹ ਇੱਕ ਇਨਸਾਨ ਨੂੰ ਚੁੰਬੜ ਦੀ ਬਿਮਾਰੀ? ਦੇਖੋ, ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗੀ ਜੀ, ਡੇਂਗੂ ਨੂੰ ਆਪਾਂ ਭਿਆਨਕ ਬਿਮਾਰੀ ਨਾ ਕਹੀਏ, ਲੋਕਾਂ ਨੂੰ ਡਰਾਉਣ ਵਾਲਾ ਕੰਮ ਹੋ ਜਾਏਗਾ। ਡੇਂਗੂ ਦੇ ਬਹੁਤ ਘੱਟ ਪ੍ਰਤੀਸ਼ਤ ਮਰੀਜ਼ ਇਹੋ ਜਿਹੇ ਹਨ ਜਿਨ੍ਹਾਂ 'ਚ ਇਹ ਬਿਮਾਰੀ ਭਿਆਨਕ ਰੂਪ ਲੈਂਦੀ ਹੈ। ਆਮ ਕਰਕੇ ਜਿਹੜੀ ਡੇਂਗੂ ਦੇ ਮੈਕਸੀਮਮ ਕੇਸਿਸ ਹੈ ਉਹ ਇੱਕ ਆਮ ਬੁਖਾਰ ਵਾਂਗ ਹੀ ਹੁੰਦੇ ਨੇ। ਮਰੀਜ਼ ਨੂੰ ਬੁਖਾਰ ਆਉਂਦਾ, ਸਰੀਰ 'ਚ ਦਰਦਾਂ ਹੁੰਦੀਆਂ, ਅਤੇ ਇਹ ਬੁਖਾਰ ਥੋੜ੍ਹਾ ਔਖਾ ਟੁੱਟਦਾ। ਆਪਾਂ ਨੂੰ 6-6 ਘੰਟੇ ਬਾਅਦ ਜਾਂ ਕਈ ਵਾਰੀ 5-5 ਘੰਟੇ ਬਾਅਦ ਵੀ ਦਵਾਈ ਦੇਣੀ ਪੈਂਦੀ ਹੈ, ਪਾਣੀ ਦੀਆਂ ਪੱਟੀਆਂ ਕਰਨੀਆਂ ਪੈਂਦੀਆਂ। ਇਸਦਾ ਕਾਰਨ ਇਹ ਵੀ ਹੈ ਕਿਉਂਕਿ ਡੇਂਗੂ 'ਚ ਸਭ ਜਾਣਦੇ ਹਾਂ ਪਲੇਟਲੈਟ ਸੈਲਸ ਘੱਟਦੇ ਨੇ, ਉਸ ਕੰਡੀਸ਼ਨ 'ਚ ਅਸੀਂ ਬਹੁਤ ਹੀ ਤੇਜ਼, ਜਿਹਨੂੰ ਆਪਾਂ ਸਟਰੋਂਗ ਮੈਡੀਸਿਨ ਫੀਵਰ ਵਾਸਤੇ ਨਹੀਂ ਦੇ ਪਾਉਂਦੇ। ਹੋਣ ਦਾ ਕਾਰਨ ਜੀ ਮੱਛਰ ਤੋਂ ਫੈਲਦੀ ਹੈ, ਇਹ ਵੀ ਆਪਾਂ ਨੂੰ ਸਾਰਿਆਂ ਨੂੰ, ਮੀਡੀਆ ਨੂੰ, ਹੈਲਥ ਡਿਪਾਰਟਮੈਂਟ ਨੇ ਸਾਰਿਆਂ ਨੂੰ ਅਵੇਅਰ ਇਸ ਬਾਰੇ ਕੀਤਾ ਹੋਇਆ, ਮੱਛਰ ਰਾਹੀਂ ਇਹ ਬਿਮਾਰੀ ਫੈਲਦੀ ਹੈ। ਅਤੇ ਇਹ ਮੱਛਰ ਸਾਫ਼ ਪਾਣੀ 'ਚ ਪਨਪਦਾ, ਕੂਲਰਾਂ 'ਚ, ਗਮਲਿਆਂ 'ਚ ਖੜ੍ਹੇ ਪਾਣੀ 'ਚ, ਘਰ ਦੇ ਆਸ ਪਾਸ ਕਿਤੇ ਕੋਈ ਟੁੱਟਾ ਹੋਇਆ ਸਮਾਨ ਪਿਆ, ਬਾਰਿਸ਼ ਹੋਈ, ਉਹਦੇ 'ਚ ਪਾਣੀ ਭਰ ਗਿਆ, ਉਹ ਨਹੀਂ ਸਾਫ਼ ਕੀਤਾ, ਹਫ਼ਤੇ ਤੋਂ ਜ਼ਿਆਦਾ ਖੜ੍ਹਾ ਰਹਿ ਗਿਆ, ਉਹਦੇ ਵਿੱਚ ਇਸ ਮੱਛਰ ਦਾ ਲਾਰਵਾ ਜਿਹੜਾ ਪਨਪਦਾ, ਅਤੇ ਇਹ ਹੋਰ ਮੱਛਰ ਬਣ ਕੇ ਅੱਗੇ ਹੋਰ ਇਨਫੈਕਸ਼ਨ ਨੂੰ ਵਧਾਉਂਦਾ। ਤਾਂ ਜਿੰਨੀ ਆਪਾਂ ਆਪਣੇ ਆਲੇ ਦੁਆਲੇ ਸਵੱਛਤਾ ਰੱਖ ਸਕਦੇ ਹਾਂ, ਧਿਆਨ ਰੱਖੀਏ, ਹਫ਼ਤੇ 'ਚ ਇੱਕ ਦਿਨ ਆਪਣਾ ਕੂਲਰ ਜ਼ਰੂਰ ਸੁਕਾਈਏ, ਗਮਲਿਆਂ 'ਚ ਪਾਣੀ ਨਾ ਖੜ੍ਹਾ ਹੋਣ ਦਈਏ। ਗਮਲਿਆਂ ਨੀਚੇ ਤੁਸੀਂ ਦੇਖਿਆ ਹੋਣਾ ਪਲੇਟਸ ਰੱਖੀਆਂ ਹੋਈਆਂ ਹੁੰਦੀਆਂ ਜਿਨ੍ਹਾਂ 'ਚ ਪਾਣੀ ਖੜ੍ਹਾ ਹੀ ਰਹਿੰਦਾ, ਉਹ ਹਰ ਬੰਦਾ ਜੇ ਆਪਣੇ ਘਰ 'ਚ ਹੀ ਆਪਣੇ ਆਸ ਪਾਸ 'ਚ ਧਿਆਨ ਰੱਖੇ ਤਾਂ ਇਸ ਬਿਮਾਰੀ ਤੋਂ ਕਾਫ਼ੀ ਹੱਦ ਤੱਕ ਆਪਾਂ ਬਚਾਅ ਕਰ ਸਕਦੇ ਹਾਂ। ਬਾਕੀ ਇਸ ਬਿਮਾਰੀ ਦੇ ਲੱਛਣ ਜਿਵੇਂ ਮੈਂ ਅੱਗੇ ਦੱਸਿਆ ਜੀ, ਸਰੀਰ 'ਚ ਦਰਦਾਂ ਅਤੇ ਬੁਖਾਰ, ਤੇਜ਼ ਬੁਖਾਰ, ਸਭ ਤੋਂ ਜ਼ਿਆਦਾ ਕਮਰ, ਇਸਨੂੰ ਇੰਗਲਿਸ਼ 'ਚ ਅਸੀਂ ਬ੍ਰੇਕ ਬੋਨ ਫੀਵਰ ਵੀ ਕਹਿੰਦੇ ਹਾਂ। ਬ੍ਰੇਕ ਬੋਨ ਫੀਵਰ ਕਿ ਸਰੀਰ ਦੀਆਂ ਦਰਦਾਂ ਬਹੁਤ ਹੀ ਬੁਰੀ ਤਰ੍ਹਾਂ ਨਾਲ ਹੁੰਦੀਆਂ, ਸਿਰ ਦੁਖਦਾ ਹੈ, ਕਮਰ ਦੁਖਦੀ ਹੈ, ਲੱਤਾਂ 'ਚ ਦਰਦ ਹੁੰਦਾ, ਅਤੇ ਇਲਾਜ ਇਹਦਾ ਇਹੀ ਹੈ ਜੀ ਕਿ ਹਰ ਵਾਰ ਇਹ ਭਿਆਨਕ ਰੂਪ ਨਹੀਂ ਲੈਂਦੀ। ਇਹ ਕਈ ਤਰ੍ਹਾਂ ਦਾ, ਡੇਂਗੂ ਵੀ ਅੱਗੇ ਕਈ ਤਰ੍ਹਾਂ ਦਾ ਹੈ, ਜਿਹਦੇ 'ਚੋਂ ਸਿਰਫ ਕੁਝ ਕੁ ਮਰੀਜ਼ਾਂ 'ਚ ਇਹ ਬਹੁਤ ਸੀਰੀਅਸ ਰੂਪ 'ਚ ਜਾ ਸਕਦਾ। ਮੋਸਟਲੀ ਮਰੀਜ਼ ਠੀਕ ਹੋ ਜਾਂਦੇ ਆ, ਮੋਸਟਲੀ ਠੀਕ ਹੋ ਜਾਂਦੇ ਆ ਜੀ। ਹਰ ਮਰੀਜ਼ ਨੂੰ ਹਸਪਤਾਲ 'ਚ ਦਾਖਲ ਕਰਵਾਉਣ ਦੀ ਵੀ ਲੋੜ ਨਹੀਂ ਹੁੰਦੀ। ਇਹਦੇ ਲਈ ਆਪਾਂ ਬੁਖਾਰ ਦੀ ਦਵਾਈ ਦਿੰਦੇ ਹਾਂ, ਨਹੀਂ ਗੋਲੀ ਨਾਲ ਉਤਰਦਾ ਪੱਟੀਆਂ ਕਰਨ ਲਈ ਕਹਿੰਦੇ ਹਾਂ, ਅਤੇ ਸਭ ਤੋਂ ਜ਼ਿਆਦਾ ਧਿਆਨ ਰੱਖਣਾ ਪੈਂਦਾ ਮਰੀਜ਼ ਦੇ ਖਾਣ ਪੀਣ ਦਾ, ਕਿਉਂਕਿ ਬੁਖਾਰ ਵਿੱਚ ਮਰੀਜ਼ ਦਾ ਪਾਣੀ ਦੀ ਕਮੀ ਹੋਣ ਦਾ ਖਤਰਾ ਹੋ ਜਾਂਦਾ, ਕਿਉਂਕਿ ਬੁਖਾਰ ਨਾਲ ਪਾਣੀ ਦੀ ਕਮੀ ਹੁੰਦੀ ਹੈ ਸਰੀਰ 'ਚ। ਤਾਂ ਮਰੀਜ਼ ਨੂੰ, ਉਹਦੇ ਘਰਦਿਆਂ ਨੂੰ ਇਹ ਧਿਆਨ ਰੱਖਣਾ ਕਿ ਆਪਾਂ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੋਣ ਦੇਣੀ। ਹਾਂਜੀ, ਆਪਾਂ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੋਣ ਦੇਣੀ। ਮਰੀਜ਼ ਜਦੋਂ ਬੁਖਾਰ 'ਚ ਹੈ ਤਾਂ ਉਸਨੂੰ ਤੁਸੀਂ ਰੈਗੂਲਰ ਇੰਟਰਵਲਸ 'ਤੇ ਖਾਣ ਪੀਣ ਨੂੰ ਜਾਂ ਜੋ ਵੀ ਲਿਕੁਇਡਸ ਉਹ ਲੈ ਸਕਦਾ ਉਹ ਆਪਾਂ ਨੂੰ ਦਿੰਦੇ ਰਹਿਣਾ। ਉਸਨੂੰ ਬਿਨਾਂ ਜ਼ਰੂਰਤ ਤੋਂ ਕੋਈ ਟੀਕਾ ਨਹੀਂ ਲਗਵਾਉਣਾ। ਬੁਖਾਰ ਦੀ ਗੋਲੀ ਜਿਹੜੀ ਡਾਕਟਰ ਨੇ ਦਿੱਤੀ ਹੈ ਉਹ ਹੀ ਦੇਣੀ ਹੈ, ਆਪਣੇ ਆਪ ਕੋਈ ਤੇਜ਼ ਗੋਲੀ ਨਹੀਂ ਦੇਣੀ, ਕਿਉਂਕਿ ਜਿਹੜੀਆਂ ਤੇਜ਼ ਗੋਲੀਆਂ ਨੇ ਉਹ ਪਲੇਟਲੈਟ ਸੈਲਸ ਨੂੰ ਹੋਰ ਤੋੜ ਸਕਦੀਆਂ। ਜਿਹੜੇ ਖਤਰੇ ਦੇ ਚਿੰਨ੍ਹ ਨੇ, ਮਰੀਜ਼ ਨੂੰ ਸਰੀਰ 'ਚੋਂ ਕਿਤੇ ਖੂਨ ਆਉਂਦਾ, ਲੈਟਰਿਨ ਕਾਲੀ ਆ ਗਈ ਜਾਂ ਉਲਟੀ 'ਚ ਖੂਨ ਆ ਗਿਆ, ਉਹ ਖਤਰੇ ਦੇ ਚਿੰਨ੍ਹ ਨੇ। ਜੇ ਅਜਿਹੇ ਕੋਈ ਲੱਛਣ ਆਉਂਦਾ ਤਾਂ ਨਾਲ ਦੀ ਨਾਲ ਡਾਕਟਰ ਕੋਲ ਜਾਣਾ ਜ਼ਰੂਰੀ ਹੈ। ਬਵਨੀਤ ਮੈਡਮ, ਹੁਣ ਤੱਕ ਤੁਹਾਡੇ ਕੋਲ ਕਿੰਨੇ ਕੁ ਮਰੀਜ਼ ਆ ਚੁੱਕੇ ਨੇ?
देखो बुखार दे तो बहुत सारे केसेस आते हैं। अच्छा, वैसे एक मेरा इतने प्रश्न हो रहा है डॉक्टर साहब थोड़े नाल है कि जो डेंगू का बुखार है और आम बुखार दे विच की फर्क होंगे? एक देखो आम बुखार जो डेंगू का बुखार है, एक तो जिवें डॉक्टर साहब ने दस्सिया बड़ा तेज हाई ग्रेड ब्रेक बोन, बड़ी तेज सिर च दर्द, उल्टी आना, दिल चक्कर, ये थोड़ा जहा औखा टुटद, ये थोड़ा जहा लंबा भी खिंचद। दूजा जो आम बुखार है, कई बार ज़्यादातर केसा च आम बुखार वगू ही 90% उपर केसा अपने आप ही मुड़ जाता है, पर जिमें कई केसा डेंगू हैमरेजिक फीवर या डेंगू जो शॉक सिंड्रम है जोड़ा कि खतरनाक अलामतं ने कई बार बड़े छो थोड़े जे परसेंटेज ऑफ केसिस उन्हें चला जाता है। इतने मैं एक गल होर कहनी इनू एड ऑन कराँगा, डॉक्टर साहब ने दसिया सिर्फ पैरासीटामोल की गोली ही बुखार च लैनी चाहिए है, कोई डिस्परिन की गोली या कोई ब्रूफन दी गोलियां या कॉम्बीफ्लेम दी गोलियां उन्होंने तो बिल्कुल ही गुरेज करना चाहिए है। एक नाड़ी कित जाके टीके लवाने की जी प्रथा वो बिल्कुल नहीं होनी चाहिए। पर हाँ, जे पेशेंट खा पी नहीं रहा कुछ, दो दिन तो बहुत तेज़ बुखार हो रहा, उल्टियाँ बहुत आ रही, तो उन्होंने तुरंत डॉक्टर की सलाह करनी चाहिए है, क्योंकि कई बार नॉर्मल बुखार वगू पहला कई बार जो बिल्कुल खाँदा पीना बंदा बंद कर देता है, फ्लूड्स की कमी नाल उहदे किडनी ते होर अंगां ते प्रभावित हो सकता है, खास करके जिहड़े बजुर्ग बच्चे ने या कोई हार्ट की प्रॉब्लम है या जिन्हां नूं शुगर की प्रॉब्लम है या कोई सह की बीमारी है, उन्हां च जिहड़ी वो खतरनाक होने की अलामत है जिहड़ी प्रॉब्लम है वो होर भी जल्दी आ जाती है। सो उन्हां दा मंत्र मूल मंत्र यही है, तुरंत डॉक्टर नाल संपर्क करो, तुरंत लोड़ है तो उन्हां नूं फ्लूड चढ़ाए जाण ते मोनीटर किया जाए। बाकी इन्हां दी जिहड़ी टैसटिंग की गल की, टैसटिंग मेन तो एक आम ब्लड का टैसट हुंदा जिहनूं असीं CBC कहिंदे आ, उहदे च असीं प्लेटलेट्स जिहनूं आपां आम भाषा सैल कहिंदे आ उह टैसट करदे आ, ते होर भी जिहड़े पैरामीटरस आ उह देखदे आ, फिर असीं उह पैरामीटर भी चैक करदे आ वी इहनां नूं फलूड लाउण दी जरूरत है कि नहीं। इस तों इलावा जिहड़े साडे हस्पताल विच डेंगू दी टैसटिंग दी फ्री सुविधा जिहड़ी है उह अवेलेबल है, ते मैं इत्थे अपील करना चाहांगा पब्लिक नूं कि डेंगू दे फालतू टैसट बाहरों कराउण दी जगह जिहड़ा कन्फर्मेटरी एलाइजा टैसट है जिहड़ा IgMB है, NS1 एंटीजन भी है, वह इतों कराई जाए, क्योंकि बाहर थोड़े 600, 700, 800, 900, 1000 गरीब बंदे का लग जाता है, इतने वो फ्री हुंदा, ते वो टेस्ट जिहड़ा इतों ही कराया जाए। बाकी जिहड़ी बार जिहड़ी मोनिटरिंग है डॉक्टर की, तो डॉक्टर नाल जिहड़ी कंसल्टेशन है तो प्रॉपर चैकअप है, वो एक लाइफ सेविंग। लोगों नूं चेतन करन वास्ते कोई पिंडां दे विच कैंप भी लगाए जांदे आ, कोई अवेयरनेस कैंप? हरेक शुक्रवार जिहड़ा फ्राइडे है वो ड्राई डे सेहत विभाग वालों घोषित हो चुक्या, उस दिन असी ड्राई डे नूं रिपोर्ट भी बनाने, असी चैक भी करते हैं। इत्थे मैं अपील करना चाहांगा हरेक घर नूं, क्योंकि डेंगू की प्रॉब्लम है जिहड़ी कुछ सालों च पंजाब च भयानक पैर पसार चुकी है, पिछले 2 सालों च इहदा बहुत असी अपने कहर देखिया। इहदा मेन मूल मंत्र यही है भी स्वच्छता, पानी नहीं खड़ा होने देना, चाहे घरां च है, चाहे टूटियां दा पानी है, चाहे उपर गमले दा पानी है, चाहे एसियां दा पानी है, चाहे फ्रिजां दा पानी है, चाहे टुटे भांड्यां च पानी है, चाहे टायरां च पानी पिया, चाहे वह पिया, पानी जिथे खड़ा होगा उत्थे मच्छर आऊगा, उत्थे दी ब्रीडिंग होगी, तो उत्थे कट्टूगा। दूसरा, जिन्हों एक बार डेंगू हो गया या उस तो पहला वाली स्टेज है, उत्थे भी आपां नूं अवॉइड करना चाहिए कि उन्होंने बिल्कुल भी मच्छर ना कट्टे, जिवें उहदा असीं इलाज करते हैं तो उन्होंने नैट पा के रखते हैं, ताकि उन्होंने जो मच्छर कट्टेगा तो उहदा खून जो दूजे स्वस्थ बंदे नूं जाएगा तो उहदे च भी जिहड़े वह जीवाणु है वो ट्रांसमिट हो जाएंगे, तो उन्होंने भी वह डेंगू होने का खतरा जिहड़ा वध जाएगा। अच्छा, जिहड़े देसी इलाजों का मैं स्टार्टिंग दे विच गलबात कीती सी कि बकरी का दुध पी लो जां कुछ इहो जिहा खा लो, कि वो मतलब ठीक ट्रैक ते जा रहे हैं बकरी का दुध पीना, जो उहदे बारे तुसीं कुछ क्लीयर कर सकदे? इस बारे साडी कोई अदर साइंटिफिक एविडेंस नहीं है इस चीज़ों का, ना बकरी के दुध का, बकरी का दुध ही इन्ना महंगा हो गया सी। देखो हुण मैं उहदी धारणा बारे कुछ नहीं कह सकता, पर उहदा साइंटिफिक प्रूफ उस चीज़ों का साडे कोल नहीं है। सो दोस्तों, पंजाब अपडेट दे विच अज तुसीं जिहड़ियां कुछ सीजनल बीमारियां ने और उस ते असीं गलबात कीती, और जिवें शुक्रवार स्पैशली इन्हां दस्सिया कि एक ड्राई दिन हुंदा है, और उस दिन असीं बकायदा तौर पर जाके लोगों नूं सुचेत करदे आं कि इन्हां इन्हां चीज़ों का तुसीं जे ध्यान रखोगे तो इस तरह दीआं जिहड़ियां बीमारियां उन्हां तों आपां बच सकते हैं। सो दोस्तों, एवन पंजाबी चैनल की हमेशा एक कोशिश रही है कि अवेयरनैस का एक एक पॉइंट आप तक पहुँचाइए, कि किसी ना किसी तरह इन बीमारियों तो आप बच सकी। प्रोग्राम के अंत में तुम जुड़े रहो एवन पंजाबी TV के नाल, मैनू अपने दो सोम सहोता नूं ते साडे बहुत ही रिस्पैक्टेड गैसट डॉक्टर विकास गोयल और मैडम भवनीत डॉक्टर भवनीत कौर जी नूं दिओ इजाजत। जुड़े रहो एवन पंजाबी TV के नाल।